ਨਸ਼ੇ ਦੇ ਦੈਂਤ ਨੇ ਲਈ ਨੌਜਵਾਨ ਦੀ ਜਾਨ। ਪੰਜਾਬ ਵਿੱਚ ਨਹੀਂ ਰੁਕ ਰਿਹਾ ਮੌਤਾਂ ਦਾ ਸਿਲਸਿਲਾ। ਆਏ ਦਿਨ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਭੇਂਟ ਚੜ੍ਹ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੀ ਬਸਤੀ ਸ਼ੇਖਾਂਵਾਲੀ ਵਿੱਚ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੇ ਆਦੀ ਕਰੀਬ 25 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੁਨੀਲ ਕੁਮਾਰ ਪੁੱਤਰ ਮਨੋਹਰ ਕੁਮਾਰ, ਜੋ ਨਸ਼ੇ ਦੇ ਟੀਕੇ ਲਗਾਉਂਦਾ ਸੀ ਅਤੇ ਟੀਕੇ ਲਗਾਉਣ ਕਾਰਨ ਉਸਦੇ ਗੁਰਦੇ ਫੇਲ ਹੋ ਗਏ ਸਨ ਅਤੇ ਉਹ ਪੀਲੀਆ ਅਤੇ HIV ਆਦਿ ਕਈ ਬਿਮਾਰੀਆਂ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਗਿਆ ਸੀ। ਮ੍ਰਿਤਕ ਦੀ ਇੱਕ ਧੀ ਹੈ। ਮ੍ਰਿਤਕ ਲੜਕੇ ਦੇ ਚਾਚਾ ਕੌਂਸਲਰ ਬੱਬੂ ਪ੍ਰਧਾਨ ਵਾਸੀ ਬਸਤੀ ਸੇਖਾਂਵਾਲੀ ਨੇ ਦੱਸਿਆ ਹੈ ਕਿ ਸੁਨੀਲ ਦਾ ਪਿਛਲੇ ਕਾਫੀ ਸਮੇਂ ਤੋਂ ਇਲਾਜ ਚੱਲ ਰਿਹਾ ਸੀ, ਜਿਸ ਦੀ ਫਰੀਦਕੋਟ ਮੈਡੀਕਲ ਕਾਲਜ ਵਿੱਚ ਸ਼ਨੀਵਾਰ ਮੌਤ ਹੋ ਗਈ। ਕੌਂਸਲਰ ਬੱਬੂ ਪ੍ਰਧਾਨ ਨੇ ਦੱਸਿਆ ਹੈ ਕਿ ਇਸੇ ਬਸਤੀ ਸ਼ੇਖਾਂਵਾਲੀ ਫਿਰੋਜ਼ਪੁਰ ਸ਼ਹਿਰ ਵਿੱਚ ਇਸ ਤੋਂ ਪਹਿਲਾਂ ਨਸ਼ੇ ਨਾਲ 5-6 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੇ ਪਰਿਵਾਰ ਵਾਲੇ ਅਜੇ ਵੀ ਸਦਮੇ ਵਿੱਚ ਹਨ। ਉਹਨਾਂ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਫਿਰੋਜ਼ਪੁਰ ਸ਼ਹਿਰ ਵਿੱਚ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ ਅਤੇ ਚੰਗੇ ਘਰਾਂ ਦੇ ਲੜਕੇ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ। ਨਸ਼ੇ ਦੀਆਂ ਪੁੜੀਆਂ ਦੇ ਨਾਲ ਨਾਲ ਕੁਝ ਬਦਨਾਮ ਕੈਮਿਸਟ ਸ਼ਰੇਆਮ ਨਸ਼ੇ ਦੇ ਟੀਕੇ ਵੇਚ ਰਹੇ ਹਨ ਅਤੇ ਅਜਿਹੇ ਲੋਕਾਂ ਨੂੰ ਜਨਤਾ ਦੇ ਸਹਿਯੋਗ ਨਾਲ ਜਲਦ ਤੋਂ ਜਲਦ ਫੜਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਜ਼ਿੰਦਗੀ ਅਤੇ ਮੌਤ ਦੇ ਨਾਲ ਲੜ ਰਹੇ ਅਜਿਹੇ ਨਸ਼ੇੜੀ ਰੇਪੇਟਾਈਟਸ, ਏਡਜ਼ ਆਦਿ ਭਿਆਨਕ ਬਿਮਾਰੀਆਂ ਤੋਂ ਪੀੜਿਤ ਹੋ ਰਹੇ ਹਨ। ਉਹਨਾਂ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿੱਚ ਅਜਿਹੇ ਨਸ਼ੇ ਤੋਂ ਪੀੜਿਤ ਨੌਜਵਾਨਾਂ ਨੂੰ ਬਚਾਉਣ ਦੇ ਲਈ ਫਿਰੋਜ਼ਪੁਰ ਪੁਲਿਸ, ਸਿਵਲ ਪ੍ਰਸ਼ਾਸਨ, NGOs ਅਤੇ ਵੱਖ ਵੱਖ ਸੰਗਠਨਾਂ ਨੂੰ ਕਿਹਾ ਹੈ ਕਿ ਨਸ਼ਾ ਵੇਚਣ ਵਾਲਿਆਂ ਨੂੰ ਫੜਿਆ ਜਾਵੇ। ਹਾਂ, ਕੀ ਨਾਂ ਕੀ ਤੁਹਾਡਾ? ਬਿੰਦਰ ਜੀ। ਤੇ ਕਿਹਦੀ ਡੈਥ ਕਿੰਦੀ ਹੋਈ? ਮੇਰੇ ਬੇਟੇ ਦੀ। ਕਿੰਨੀ ਉਮਰ ਸੀਗੀ? 25 ਸਾਲ ਦਾ ਸੀ। ਤੇ ਕਿਸ ਤਰ੍ਹਾਂ ਹੋਈ ਹੈ? ਨਸ਼ੇ ਕਾਰਨ। ਕੀ ਨਸ਼ਾ, ਕੀ ਓਵਰਡੋਸ ਕੀਤੀ ਕਿ? ਉਹ ਟੀਕੇ ਲਾਉਂਦੇ ਸੀਗੇ। ਅੱਛਾ। ਤੇ ਸਰਕਾਰ ਤੋਂ ਮੰਗ ਕੀਤੀ ਜਾਵੇ ਕਿ ਵਿਗਾਹ ਵੀ ਜਿਹੜੇ ਬੱਚੇ ਨੇ ਕਿ ਬਾਜ ਸਕਣ, ਵੀ ਮਾਵਾਂ ਰੋਂਦੀਆਂ ਨੇ, ਵਿਧਵਾ ਬਹੁਤ ਹੋਈਆਂ ਪਈਆਂ, ਕਿ ਆਏ ਦਿਨ ਕਿ ਲਾਂਬੂ ਲੱਗੀ ਜਾਂਦੇ ਨੇ, ਆਪਦੀ ਮੌਤ ਕੋਈ ਮਰੇ ਉਹ ਗੱਲ ਕੁਛ ਹੋਰ ਹੈ। ਇਸ ਤਰ੍ਹਾਂ ਮੌਤ ਨਹੀਂ ਮਰਨਾ ਚਾਹੀਦਾ, ਜਿਵੇਂ ਮਾਵਾਂ ਤੜਫਦੀਆਂ ਹੈ, ਜਨਾਨੀਆਂ ਕੁੜੀਆਂ ਬਹੁਤ ਵਿਧਵਾ ਹੋਈਆਂ ਪਈਆਂ ਨੇ। ਕੀ ਕਹਿਣਾ ਚਾਹੋਗੇ ਜਿਹੜੇ ਨਸ਼ੇ ਦੇ ਕਰਕੇ ਕਿੰਨੇ ਮਰੇ? ਨਸ਼ੇ ਦੇ ਪ੍ਰਤੀ ਮੇਰੇ ਵਾਰਡ ਨੰਬਰ 14 ਹਾਂਜੀ ਬਸਤੀ ਸ਼ੇਖਾਵਾਲੀ ਤੋਂ ਬੱਬੂ MC ਕਾਂਗਰਸ ਪਾਰਟੀ ਤੋਂ ਮੈਂ ਪ੍ਰਸ਼ਾਸਨ ਅੱਗੇ ਗੁਜ਼ਾਰਿਸ਼ ਕਰਦਾ। ਲੋਕ ਕਹਿੰਦੇ ਕਾਂਗਰਸ ਪਾਰਟੀ ਨਸ਼ੇ ਪ੍ਰਤੀ ਕੋਈ ਰੋਕਥਾਮ ਨਹੀਂ ਲਾ ਰਹੀ, ਉਹਦੇ ਸੰਬੰਧ ਵਿੱਚ ਇਸ ਇਲਾਕੇ ਦਾ MC ਹੋਣ ਦੇ ਨਾਤੇ ਤੇ ਮੈਂ SHO ਸਾਹਿਬ ਨੂੰ ਮਿਲਿਆ, ਨਾਲ ਆਪਦਾ ਪੂਰਾ ਇਲਾਕਾ ਲੈ ਕੇ ਇਲਾਕੇ ਦੇ ਵਿੱਚ ਜਿਹੜੇ ਜਿਹੜੇ 5-7-10 ਬੰਦੇ ਨੇ ਕੋਈ ਗਲਤ ਕੰਮ ਕਰ ਰਹੇ ਨੇ ਨਸ਼ੇ ਪ੍ਰਤੀ, ਜਿਵੇਂ ਕਿ ਆਪਣਾ ਗੋਲੀਆਂ ਲੈਂਦੇ ਨੇ ਇੱਥੋਂ ਆ ਕੇ ਹੋਸਪਿਟਲ ਤੋਂ, ਉਹ ਖਾਂਦੇ ਨਹੀਂ, ਪਾ ਕੇ ਕੱਢ ਲੈਂਦੇ ਨੇ, ਨਾਲ ਟੀਕੇ ਮੱਝਾਂ ਨੂੰ ਟੀਕੇ ਲਾਉਣ ਵਾਲੇ ਉਹ ਡੋਜ਼ ਮਿਲਾ ਕੇ ਅਤੇ ਜਿਹੜੇ ਬੱਚਿਆਂ ਨੂੰ ਲਾਇਆ ਜਾਂਦੇ ਨੇ ਉਹਦੇ ਪ੍ਰਤੀ ਬੱਚੇ ਜਿਹੜੇ ਕਿ ਬਹੁਤ ਜ਼ਿਆਦਾ, ਮੇਰੇ ਘਰ 10 ਮਰਗਾਂ ਹੋ ਗਈਆਂ ਹੁੰਦੇ ਮੇਰੀ ਵਾਰਡ ਦੇ ਵਿੱਚ, ਜਿਹੜਾ ਨਸ਼ੇ ਦੇ ਪ੍ਰਤੀ ਭੇਟ ਚੜ੍ਹੀ ਜਾ ਰਹੇ ਨੇ। ਜਿਹੜੇ ਅੱਜ ਚੜ੍ਹੇ ਦੋ, ਕੀ ਕਹਿਣਾ ਚਾਹੋਗੇ? ਇਹ ਜਿਹੜੇ ਕਿਵੇਂ ਚੜ੍ਹੇ ਨੇ, ਕਿਵੇਂ ਲੱਗੇ ਨੇ? ਇਹ ਜਿਹੜੇ ਨਾ ਇੱਥੋਂ ਦਵਾਈ ਡਾਕਟਰ ਜਿਹੜੇ ਲੈਂਦੇ ਨੇ ਮੱਝਾਂ ਦੀ ਡੋਜ਼ ਜਾਂ ਕਿਵੇਂ ਕਿਵੇਂ ਦਾ ਨਸ਼ਾ ਇਸਤੇਮਾਲ ਕਰਕੇ ਉਹਨੂੰ ਮਿਕਸ ਕਰਕੇ ਨਾ ਅਤੇ ਆਪਣੇ ਨਾੜਾਂ 'ਚ ਲਾਉਂਦੇ ਨੇ, ਜਿਹਦੇ ਨਾਲ ਭਿਆਨਕ ਬਿਮਾਰੀਆਂ ਲੱਗੀਆਂ ਜਾ ਰਹੀਆਂ ਨੇ। ਇਹਦੇ ਪ੍ਰਤੀ ਠੱਲ ਪਾਉਣ ਵਾਸਤੇ ਮੈਂ ਆਪਣਾ ਪੂਰਾ ਇਲਾਕਾ ਲੈ ਕੇ ਇੰਸਪੈਕਟਰ ਸਾਹਿਬ ਨੂੰ ਕਿਹਾ ਵੀ ਅਸੀਂ ਇਲਾਕੇ ਵੱਲੋਂ ਤੁਹਾਡੇ ਨਾਲ ਹਾਂ, ਕਾਂਗਰਸ ਪਾਰਟੀ MCM ਦੇ ਨਾਲ ਹਾਂ, ਪਰ ਤੁਸੀਂ ਆਪਣੀ ਡਿਊਟੀ ਜਿੱਥੇ ਤੁਹਾਡੀ ਡਿਊਟੀ ਬਣਦੀ ਤੁਸੀਂ ਆਪਣੀ ਡਿਊਟੀ ਭੁਗਤਾ ਦਿਓ। ਕੀ ਕਹਿਣਾ ਚਾਹੋਗੇ ਨਸ਼ਿਆਂ ਬਾਰੇ? ਬੱਚਿਆਂ ਪਿੱਛੇ ਹੀ ਸੋਚਦੇ ਜਿਹੜੇ ਲੱਗੇ ਜਾਂਦੇ ਨੇ, ਜਵਾਨ ਪੁੱਤ ਕੁਛ ਤੁਰ ਗਿਆ ਤੇ ਕੁਛ ਤੁਰ ਜਾਂਦੇ ਤੇ ਆ ਹੁਣ ਆਈ ਆ ਕੰਮ ਤੋਂ ਸਵੇਰ ਦੀ ਗਈ ਆ 7 ਵਜੇ 8-7 ਵਜੇ ਕੀ ਕਹਿੰਦੇ ਨੇ? ਕੁਛ ਨੀ ਪਾਉਣਾ, ਕਰਦੇ ਕੁਛ ਨੀ ਪਾਉਣਾ।
ਕੋਈ ਸਰਕਾਰ ਵੱਲੋਂ ਸਾਨੂੰ ਨੀ ਸਹੂਲਤ ਮਿਲਦੀ ਕੀ ਸਰ ਮਤਲਬ ਨਸ਼ੇ ਕੋਈ ਨੀ ਬੰਦ ਕਰਾ ਪਾਈ ਕੋਈ ਨਸ਼ਾ ਨੀ ਬੰਦ ਪੁਲਿਸ ਨੀ ਕਰਾਉਂਦੀ ਕੋਈ ਪੁਲਿਸ ਕਾਰਵਾਈ ਨੀ ਕਰਦੀ ਪੁਲਿਸ ਚੁੱਪ ਕਰਕੇ ਗੇੜਾ ਮਾਰ ਕੇ ਚੱਲ ਜਾਂਦੇ ਨੇ ਅਤੇ ਫਿਰ ਮਾਵਾਂ ਵੀ ਅਤੇ ਵਹੁਟੀਆਂ ਵੀ ਕਲਪਦੀਆਂ ਮਾਰਦੀਆਂ ਪਈਆਂ ਨੇ ਅੱਜ ਤਾਂ ਕਹਿੰਦੇ ਸਾਡੀ ਤਾਂ ਹੱਥ ਬਣ ਕੇ ਬੇਨਤੀ ਇਹ ਕਿ ਇਹਨਾਂ ਬੱਚਿਆਂ ਦੀ ਸੁਧਾਰ ਹੋ ਜਾਵੇ ਕਿੰਨੀਆਂ ਦੱਥਾਂ ਅੱਜ ਹੋਈਆਂ ਜਿਹੜੇ ਤੁਹਾਡੇ ਸਾਡੇ ਇੱਥੇ ਬਸਤੀ 'ਚੋਂ ਘੱਟ ਘੱਟ 9 ਦੱਥਾਂ ਹੋ ਸਕਦੀਆਂ ਅੱਜ ਕਿੰਨੀਆਂ ਅੱਜ 2 ਹੋ ਗਈਆਂ ਨੇ